ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਪਿਛਲੇ ਦਿਨੇ ਜਿਸ ਗੱਲ ਨੇ ਅਸੇ ਸਭ ਨੇ ਦਾ ਧਿਆਨ ਆਕਰਸ਼ਿਤ ਕੀਤਾ ਉਹ ਹੈ ਚੀਤਾ ਚੀਤੇ ਪਰ ਗੱਲ ਕਰਨ ਲਈ ਕਈ ਸਾਰੇ ਸੰਦੇਸ਼ ਆਏ ਨੇ ਉਪਾਵੇਂ ਉੱਤਰ ਪ੍ਰਦੇਸ਼ ਦੇ ਅਰੁਣ ਕੁਮਾਰ ਗੁਪਤਾ ਜੀ ਹੋਣ ਜਾਂ ਫੀ ਤੇਲੰਗਾਨਾ ਦੇ ਐਨ ਰਾਮਚੰਦਰਨ ਰਗੁਰਾਮ ਜੀ ਗੁਜਰਾਤ ਦੇ ਰਾਜਨ ਜੀ ਹੋਣ ਜਾਂ ਫੀ ਦਿੱਲੀ ਦੇ ਸੁਬਰਤ ਜੀ ਮੁਲਖ ਦੇ ਕੋਨੇ-ਕੋਨੇ ਥਾਵਾਂ ਲੋਕੇ ਭਾਰਤ 'ਚ ਚੀਤੇ ਦੇ ਪਰਤੋਨੇ 'ਤੇ ਖੁਸ਼ੀਆਂ ਜਿਤਾਈਆਂ 130 ਕਰੋੜ ਭਾਰਤ ਵਾਸੀ ਖੁਸ਼ ਹਨ ਗਰਵ ਕਰਨੇ ਪਰੋਚੇ ਦੇ ਇਹ ਹੈ ਭਾਰਤ ਦਾ ਪ੍ਰਕਿਰਤੀ ਪ੍ਰੇਮ ਇਸ ਬਾਰੇ 'ਚ ਲੋਕਾਂ ਦਾ ਇੱਕ ਸਾਂਝਾ ਸਵਾਲ ਈ ਹੈ ਜੇ ਮੋਤੀ ਜੀ ਅਸੀਂ ਕੀ ਚੀਤੇ ਕੀ ਦੇਖਣ ਦਾ ਮੌਕਾ ਕਦੋਂ ਥੋਗ ਸਾਥੀਓ ਇੱਕ ਕਾਰਜਬਲ ਬਣਿਆ ਇਹ ਕਾਰਜਬਲ ਚੀਤੇ ਦੀ ਨਿਗਰਾਨੀ ਕਰੋਗ ਤੇ ਇਹ ਦੇਖੋ ਜੇ ਇੱਥੇ ਦੇ ਬਹੁਲ 'ਚ ਉਹ ਕਿੰਨੇ ਕੂਲੀ ਮਿਲ ਸਕਣੇ ਇਸੇ bina par kishmi ne aprant koi faisla leta chaag te usla to use cheetein dikhi sakke par uslata kar main to use sabnegi kishkish kamb soppa karna isde layi mai gov de manch upar ek mukablebazi aayojit kiti chaag jide ch lokan gi main kis cheeza saji karne di guzarish karna cheetein gi layi hai jls abhiyan chala karne aa aakar us abhiyan da na kyon na loochda ਕਿਆਸ ਇਹਨੇ ਸਭਨੇ ਚੀਤੇ ਦੇ ਨਾਮ ਕਰਨ ਦੇ ਬਾਰੇ ਚ ਵੀ ਸੋਚੀ ਸਕਨੇ ਆ ਜੇ ਇੰਦੇ ਚ ਹਰ ਇੱਕ ਗੀ ਕਿਹੜੇ ਨਾਮ ਕਨੇ ਬੁਲਾਇਆ ਜਾ ਉਹਾਂ ਇਹ ਨਾਮਕਰਨ ਜੇਕਰ ਰਵਾਇਤੀ ਹੋਇਆ ਤਾਂ ਬੜਾ ਖਰਾ ਰਾਉਗ ਕੀਜੀਏ ਆਪਣੇ ਸਮਾਜ ਤੇ ਸੰਸਕ੍ਰਿਤੀ ਪਰੰਪਰਾ ਤੇ ਵਿਰਾਸਤ ਕਨੇ ਜੁੜੀ ਦੀ ਕੋਈ ਵੀ ਚੀਜ਼ ਅਸੀਂ ਕੀ ਸਹਿਜ ਗਏ ਆਪਣੀ ਬਖੀ ਆਕਰਸ਼ਿਤ ਕਰਦੀ ਗਏ ਇਹ ਹੈ ਨਹੀਂ ਤੁਸੀਂ ਇਹ ਵੀ ਦੱਸੋ ਆਖਰ ਇਨਸਾਨ ਨੇ ਕੀ ਜਨੌਰੇ ਕਨੇ ਕਨਿਆ ਬਵਾਰ ਕਨਾ ਲੋਟ ਚਦਾ ਸਾੜੀ ਬੁਨਿਆਦੀ ਜ਼ਿੰਮੇਦਾਰੀਆਂ ਚ ਵੀ ਤੇ ਜਨੌਰੇ ਲਈ ਸਨਮਾਨ ਪਰ ਜ਼ੋਰ ਦਿੱਤਾ ਕੀਦਾ ਮੇਰੀ ਤੁਸੇ ਸਭਨੇ ਕੀ ਅਪੀਲ ਹੈ ਜੇ ਤੁਸ ਇਸ ਮੁਕਾਬਲੇਬਾਜ਼ੀ ਚ ਪੱਕ ਕੇ ਸਲਾਓ ਕੇ ਪਤਾ ਇਨਾਮ ਤੇ ਰੂਪਿਆ ਚ ਚੀਤੇ ਦਿਖਣੇ ਦਾ ਪਹਿਲਾ ਮੌਕਾ ਤੁਸੇਂ ਕੀ ਥੋਈ ਜਾ ਮੇਰੇ ਪਿਆਰੇ ਦੇ ਵਿਸ਼ਵਾਸੀਓ ਅੱਜ 25 ਸਤੰਬਰ ਕੀ ਮੁਲਖ ਦੇ ਪ੍ਰਕਰ ਮਨੁੱਖਤਾਵਾਦੀ ਚਿੰਤਕ ਤੇ ਮਹਾਨ ਸਪੂਤ ਦੀਨदयाल उपाध्याय ਜੀ ਹੁੰਦਾ ਜਰਮ ਤੇੜਾ ਬਣਾਇਆ ਜਾਂਦਾ ਕੁਸਾ ਵੀ ਮੁਲਖ ਦੇ ਯੁਵਾ ਜਿੰਹਾਂ ਜਿੰਹਾਂ ਆਪਣੀ ਪਛਾਣ ਤੇ ਗੌਰਵ ਉੱਪਰ ਗਰਵ ਕਰਦੇ ਨੇ ਉਹਨੇ ਕੀ ਆਪਣੇ ਮੌਲਿਕ ਵਿਚਾਰ ਤੇ ਦਰਸ਼ਨ ਉਹਨੇ ਗਏ ਆਕਰਸ਼ਿਤ ਕਰਦੇ ਨੇ ਦੀਨदयाल ਜੀ ਦੇ ਵਿਚਾਰਿਆਂ ਦੀ ਸਭਨੇਸ਼ਾ ਵੱਡੀ ਖੂਬੀ ਇਹ ਹੈ ਰਹੀ ਹੈ ਜੇ ਉਹਨੇ ਆਪਣੇ ਜੀਵਨ ਚ ਦੁਨੀਆ ਦੀ ਵੱਡੀ ਵੱਡੀ ਉਤਲ ਪੁਤਲ ਕੀ ਦੇਖਿਆ ਹਾ ਉਹ ਵਿਚਾਰਤਾਰਾਂ ਦੇ ਸੰਘਰਸ਼ ਦੇ ਗਵਾਹ ਬਣੇ ਹੈ ਇਸ ਕਰੀਏ ਉਹਨੇ ਇਕਾਤਮ ਮਾਨਵ ਦਰਸ਼ਨ ਤੇ ਅੰਤੋਦੇ ਦੇ ਦਾ ਇੱਕ ਵਿਚਾਰ ਦੇ ਸਾਹਮਣੇ ਰੱਖਿਆ ਜਿਹੜਾ ਪੂਰੀ ਚਾਲੀ ਪਾਰਤੀ ਹਾ ਦਿਨਤੀਆਲ ਜੀ ਹੁੰਦਾ ਇਕਾਤਮ ਮਾਨਵ ਦਰਸ਼ਨ ਇੱਕ ਐਸਾ ਵਿਚਾਰ ਹੈ ਜਿਹੜਾ ਵਿਚਾਰਤਾਰਾਂ ਦੇ ਨਾਂ ਉਪਰ ਦਵੰਧਵ ਤੇ ਦੁਰਾਗ੍ਰਹਾ ਤੋਂ ਮੁਕਤੀ ਤੋਂ ਹੁੰਦਾ ਹੈ ਉਹਨੇ ਮਨੁੱਖ ਮਾਤਰ ਕੀ ਇੱਕ ਬਰੋਬਰ ਮੰਨਣ ਵਾਲੇ ਪਾਰਤੀ ਦਰਸ਼ਨ ਕੀ ਪੀ ਦੁਨੀਆ ਦੇ ਸਾਹਮਣੇ ਰੱਖਿਆ ਸਾਡੇ ਸ਼ਾਸਤਰ ਨੇ ਚਾਖਿਆ ਗਿਆ ਆਤਮਵਤ ਸਰਵਭੂਤੇਸ਼ੂ ਯਾਨੀ ਅਸ ਜੀਵ ਮਾਤਰਗੀ ਆਪਣੇ ਬਰੋਬਰ ਮੰਚਾ ਹੈ ਆਪਣੇ ਜਨਿਆ ਬਿਵਾਰ ਕਰ ਚਾ ਹੈ ਆਧੁਨਿਕ ਸਮਾਜੀ ਤੇ ਰਾਜਨੀਤਿਕ ਪਰਿਪ੍ਰੇਖਿਸ਼ ਚ ਵੀ ਪਾਰਤੀ ਦਰਸ਼ਨ ਕਿੰਨਾਂ ਦੁਨੀਆ ਦਾ ਮਾਰਗਦਰਸ਼ਨ ਕਰੀ ਸਕਦਾ ਹੈ ਇਹ ਦੀਨ ਦਿਵਾਲ ਚੋਰੇ ਅਸੀਂ ਕੀ ਸਿਖਾਇਆ ਇੱਕ ਚਾਲੀ ਕਨ ਹੈ ਆਜ਼ਾਦੀ ਦੇ ਬਾਅਦ ਮੁਲਖਾ ਚ ਜਿਹੜੀ ਈਨ ਭਾਵਨਾ ਹੀ ਉਹਦੇ ਸ਼ਾ ਆਜ਼ਾਦੀ ਦਵਾਈ ਹੈ ਉਹਨੇ ਸਾਡੀ ਆਪਣੀ ਬੌਧਿਕ ਚੇਤਨਾ ਦੀ ਜਾਗਰਿਤ ਕੀਤਾ ਉਹ ਆਖਦੇ ਵੀ ਹੈ ਸਾਡੀ ਆਜ਼ਾਦੀ ਤਾਂ ਗੈ ਸਾਰਥਕ ਹੋਈ ਸਕਦੀ ਹੈ ਜਿਸ ਲੈ ਉਹ ਸਾਡੀ ਸੰਸਕ੍ਰਿਤੀ ਤੇ ਪਛਾਣ ਦੀ ਅਭਿਵਿਅਕਤੀ ਕਰਾਏ ਇਸ ਸੇ ਵਿਚਾਰ ਦੇ ਆਧਾਰ ਪਰ ਉਹਨੇ ਮੁਲਖੇ ਦੇ ਵਿਕਾਸ ਦਾ ਨਜ਼ਰੀਆ ਕਾਇਮ ਕੀਤਾ ਹੈ ਦੀਨ ਦਿਆਲ ਉਪਾਧਿਆਇ ਜੀ ਆਖਦੇ ਜੇ ਮੁਲਖ ਦੀ ਤਰੱਕੀ ਦਾ ਪੈਮਾਨਾ ਖੀਰੀ ਕੋਨੇ ਪਰ ਖੜੋਤੇ ਦਾ ਮਾਣੂ ਹੁੰਦਾ ਹੈ ਆਜ਼ਾਦੀ ਦੇ ਅੰਮ੍ਰਿਤਕਾਲ 'ਚ ਅਸਦੀਨ ਦਿial ਜੀ ਹੋ ਰਹੇਗੇ ਜਿੰਨਾ ਜਾਣਗੇ ਉੰਦੇ થਵਾ ਜਿੰਨਾ ਸਿੱਖਗੇ ਮੁਲਖ ਹੈਗੀ ਉਨਾਂ ਕ ਅੱਗੇ ਲਿਏ ਜਾਣੇ ਦੀ ਅਤੇ ਸਭਨੇ ਕੀ ਪ੍ਰੇਰਨਾ ਮਿਲੋਗ ਮੇਰੇ ਪਿਆਰੇ ਦੇਸ਼ਵਾਸੀਓ ਅੱਜਾ ਥਵਾ ਤਰੋਂ ਦਿਨੇ ਬਾਦ ਯਾਨੀ 26 ਸਤੰਬਰ ਕੀ ਅੰਮ੍ਰਿਤ ਮਹੋਤਸਵ ਦਾ ਇੱਕ ਖਾਸ ਦਿਹਾੜਾਵਾ ਕਰਤਾ ਹੈ ਇਸ ਦਿਨ ਅਸਪਾਰਤ ਮਾਤਾ ਦੇ ਦਲੇਰ ਸਪੂਤ ਭਗਤ ਸਿੰਘ ਜੀ ਦੀ ਜਨਮਤੀ ਮਨਾਗੇ ਭਗਤ ਸਿੰਘ ਜੀ ਦੀ ਜਨਤੀ ਦੇ ਠੀਕ ਪਹਿਲੇ ਉਹਨੇ ਕੀ ਸਰਦਾਰ ਜਿੱਦੇ ਰੂਪ ਵਿੱਚ ਇੱਕ ਮਤਵਪੂਰਨ ਫੈਸਲਾ ਲੈਂਤਾ ਹੈ ਇਹ ਤੈ ਕੀਤਾ ਜੇ ਚੰਡੀਗੜ੍ਹ 에어ਪੋਰਟ ਦਾ ਨਾਂ ਉਹਨ ਸ਼ਹੀਦ ਭਗਤ ਸਿੰਘ ਜੀ ਹੁੰਦੇ ਨਾਂ ਪਰ ਰੱਖਿਆ ਜਾਗ ਇਹਦੇ ਲਈ ਲੰਮੇ ਸਮੇਂ ਤਮਾ ਬਲ ਗਿਆ ਜਾ ਰਤਾ ਹੈ ਮੈਂ ਚੰਡੀਗੜ੍ਹ ਪੰਜਾਬ ਹਰਿਆਣਾ ਤੇ ਮੁਲਖ ਦੇ ਸਭ ਨੇ ਲੋਕੀਂ ਗੀ ਇਸ ਫੈਸਲੇ ਦੀਆਂ ਮਤੀਆਂ ਮਤੀਆਂ ਮਾਰਖਾ ਦਿਨਾ ਸਾਥੀਓ ਆਸ ਆਪਣੇ ਸੁਤੰਤਰਤਾ ਸਨਾਨੀਥਵਾ ਪ੍ਰੇਰਣਾ ਲਿਆ ਚਾ ਉਹਦੇ ਅਦਰਸ਼ੇ ਪਰ ਤੁਰਦੀ ਹੋਈ ਉਹਦੇ ਸੁਖਨੇ ਦਾ ਭਾਰਤ ਬਨਾਚਾ ਹੈ ਇਹ ਹੈ ਉਹਦੇ ਪ੍ਰਤੀ ਸਾਰੀ ਸ਼ਰਧਾਂਜਲੀ ਹੁੰਦੀ ਹੈ ਸ਼ੀਦੇ ਦੇ ਸਮਾਰਕ ਉਹਦੇ ਨਾਂ ਪਰ ਲਾਕੇ ਤੇ ادارے ਦੇ ਨਾਂ ਅਸੀਂ ਕੀ ਜ਼ਿੰਮੇਦਾਰੀ ਲਈ ਪ੍ਰੇਰਨਾ ਦਿੰਦੇ ਨੇ ਉਹਨਾਂ ਕਿਸ਼ਤ ਦਿਨ ਪਹਿਲੇ ਗਿਆ ਮੁਲਖਾ ਨੇ ਕਰਤਵ ਪਥੋਂ ਪਰ ਨeta ਜੀ ਸੁਭਾਸ਼ ਚੰਦਰ ਬੋਸ ਹੁੰਦੀ ਮੂਰਤੀ ਦੀ ਸਥਾਪਨਾ ਦੇ ਜ਼ਰੀਏ ਵੀ ਨਿਆਗਿਆ ਇੱਕ ਯਤਨ ਕੀਤਾ ਹੈ ਤਵਨ ਸ਼ੀਰ ਪਗਲ ਸਿੰਘ ਦੇ ਨਾਂ ਕਨੇ ਚੰਡੀਗੜ੍ਹ 에어ਪੋਰਟ ਦਾ ਨਾਂ ਇਸ ਦਿਸ਼ਾ ਚ ਇੱਕ ਔਰ ਗਿਆ ਹੈ ਮੈਂ ਚਾੰਗ ਅੰਮ੍ਰਿਤ ਮਹੋਤਸਵ ਚ ਅੱਜ ਜਿਸ ਚਾਲੀ ਸੁਤੰਤਰਤਾ ਸੈਨਾਨੀਕ ਨੇ ਜੁੜੇ ਦੇ ਖਾਸ ਮੌਕੇ ਦਾ ਜਸ਼ਨ ਮਨਾ ਕਰਨੇ ਆ ਉਸੇ ਚਾਲੀ 28 ਸਤੰਬਰ ਦੀ ਵੀ ਹਰ ਯੁਵਾ ਕਿਸ ਨਵਾਂ ਯਤਨ ਪੱਕਾ ਕਰੇ ਓਂਵਾ ਮੇਰੇ ਪਿਆਰੇ ਦੇਸ਼ਵਾਸੀਓ ਤੁੰਦੇ ਸਭਨੇ ਦੇ ਕੋਲ 28 ਸਤੰਬਰ ਦੀ ਜਸ਼ਨ ਮਨਾਣੇ ਦੀ ਇੱਕ ਔਰ ਵਜ੍ਹਾ ਵੀ ਹੈ ਜਾਣਦੇ ਹੋ ਕੀ ਹੈ ਮੈਂ ਛੜੇ ਦੋਂ ਲਫਜ਼ਾਗਾ ਪਰ ਮੀ ਪਤਾ ਤੁੰਦਾ ਜੋਸ਼ ਚਾਰ ਗੁਣਾ ਮਤਾਬਦੀ ਜਾਗ ਇਹ ਦੋਂ ਲਫਜ਼ਨ ਸਰਜਿਕਲ ਸਟ੍ਰਾਈਕ ਬਧੀ ਗਿਆ ਨਾ ਜੋਸ਼ ਸਾਡੇ ਮੁਲਖ ਚ ਅੰਮ੍ਰਿਤ ਮਹੋਤਸਵ ਦਾ ਜਿਹੜਾ ਅਭਿਆਨ ਚਲਾ ਕਰਦਾ ਹੈ ਉੰਦਾ ਅਸ ਪੂਰੇ ਮਨੁਯੋਗ ਨੇ ਜਸ਼ਨ ਮਨਾ ਚਾ ਆਪਣੀ ਖੁਸ਼ੀਆਂ ਕੀ ਸਭਨੇ ਕਨੇ ਸਾਂਝਾ ਕਰ ਜਾਏ ਮੇਰੇ ਪਿਆਰੇ ਦੇਸ਼ ਵਾਸੀਓ ਆਖ ਦਿਨ ਜੀਵਨ ਦੇ ਸੰਘਰਸ਼ ਥਵਾ ਤਪੇ ਦੇ ਮਾਣੂ ਆ ਸਾਹਮਣਾ ਹੈ कोई भी रुकावट टिकी नहीं पाती अपनी रोज़मर्रा की जिंदगी असियों देखने जे कु ना कुसै शारीरिक चुनौती मुकाबला करा करते हैं। बड़े सारे ऐसे भी लोग हैं जे तो सुनी नहीं सकते या बोलिए अपनी गल नहीं रखी सकते ऐसे साथ सबने शा ब संभल हूँ संकेतिक भाषा ਭਾਰਤ ਚ ਬਰੇਥਮਾ ਇੱਕ ਵੱਡੀ ਦਿੱਕਤ ਇਹ ਹੀ ਜਿਸਾਕੇਤਿਕ ਭਾਸ਼ਾ ਲਈ ਕੋਈ ਸਪਸ਼ਟ ਆਉਪਾਉ ਤੈ ਨਹੀਂ ਹੈ ਮਾਨਕ ਨਹੀਂ ਹੈ ਇਹਨੇ ਮੁਸ਼ਕਲੇ ਕੀ ਦੂਰ ਕਰਨ ਲਈ ਗਏ ਬਰੇ 2015 ਚ ਇੰਡੀਅਨ ਸਾਈਨ ਲੈਂਗੁਏਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਹੋਈ ਹੀ ਮੇਗੀ ਖੁਸ਼ੀ ਹੈ ਜੇ ਇਹ ਸੰਸਥਾਨ ਅਜੇ ਤੱਕ 10000 ਲਫਜ਼ਾਂ ਤੇ abhivyakti ਦੀ ਡਿਕਸ਼ਨਰੀ ਤਿਆਰ ਕਰ ਚੁੱਕੇ ਦਾ ਦੌਦਨ ਪਹਿਲਾ ਯਾਨੀ 23 ਸਤੰਬਰ ਦੀ ਸੰਕੇਤਿਕ ਭਾਸ਼ਾ ਦੇ ਦਿਵਸ ਉਪਰ ਕਈ ਸਕੂਲੀ ਪਾਠਕ੍ਰਮੇ ਗੀ ਵੀ ਸੰਕੇਤਿਕ ਭਾਸ਼ਾ ਚ ਜਾਰੀ ਕੀਤਾ ਗਿਆ ਹੈ ਸੰਕੇਤਿਕ ਭਾਸ਼ਾ ਦੇ ਤੈ ਮਾਨਕ ਗੀ ਬਣਾਈ ਰੱਖਣੇ ਲਈ ਰਾਸ਼ਟਰੀ ਸਿੱਖਿਆ ਨੀਤੀ ਚ ਵੀ ਬੜਾ ਬਲ ਦਿੱਤਾ ਗਿਆ ਹੈ ਸੰਕੇਤਿਕ ਭਾਸ਼ਾ ਦੀ ਜਿਹੜੀ ਡਿਕਸ਼ਨਰੀ ਬਣੀ ਹੈ ਉਹਦੇ ਵੀਡੀਓ ਬਣਾਈਏ ਵੀ ਉਹਦਾ ਲਗਾਤਾਰ ਪ੍ਰਸਾਰ ਕੀਤਾ ਜਾਂਦਾ ਹੈ YouTube ਪਰ ਕਈ ਲੋਕ ਕਈ ਸੰਸਥਾਨ ਨੇ ਪਾਰਤੀ ਸੰਕੇਤਿਕ ਭਾਸ਼ਾ ਚ ਆਪਣੇ ਚੈਨਲ ਸ਼ੁਰੂ ਕਰ ਦਿੱਤੇ ਨੇ ਯਾਨੀ 7-8 ਬਰੇ ਪਹਿਲੇ ਸੰਕੇਤਿਕ ਭਾਸ਼ਾ ਕੀ ਲਈ ਹੈ ਜਿਹੜਾ ਅਭਿਆਨ ਦੇ ਸੈਚ ਰੰਭੂ ਆਹਾ ਹੁਣ ਉਹਦਾ ਲਾ ਲੱਖਾਂ ਬਧੇ ਮੇਰੇ ਦਿਵਿਆਂਗ ਭਰਾਏ ਪੈਣੇਗੀ ਉਹਨ ਲੱਗੀ ਪਿਆ ਹਰਿਆਣਾ ਦੇ ਲੋਣੇ ਵਾਲੀਆਂ ਪੂਜਾ ਜੀ ਤੇ ਪਾਰਤੀ ਸੰਕੇਤਿਕ ਭਾਸ਼ਾ ਥਾਵਾ ਬੜੀਆਂ ਖੁਸ਼ ਨੇ ਪਹਿਲੇ ਉਹ ਆਪਣੇ ਪੁੱਤਰ ਕੰਨੇ ਗਏ ਸੰਵਾਦ ਨਹੀਂ ਕਰੀ ਪਾਉਂਦੀਆਂ ਹੀ ਆ ਪਰ 2018 ਚ ਸੰਕੇਤਿਕ ਭਾਸ਼ਾ ਦੀ ਸਿੱਖਲਾਈ ਲੈਣੇ ਪ੍ਰੰਤ ਮਹਾਪੁੱਤਰ ਦੌਨੇ ਦਾ ਜੀਨ ਸੌਖਾ ਹੋਈ ਗਿਆ। ਪੂਜਾ ਜੀਉਂਦੇ ਪੁੱਤਰਾਂ ਵੀ ਸੰਕੇਤਿਕ ਭਾਸ਼ਾ ਸਿੱਖੀ ਤੇ ਆਪਣੇ ਸਕੂਲ ਚ ਉਸਨੇ ਕਹਾਣੀ ਸੁਣਾਉਣੇ ਚ ਇਨਾਮ ਜਿੱਤੀ ਵੀ ਦਸੀ ਦਿੱਤਾ। ਇਸੇ ਚਾਲੀ ਟਿੰਕਾ ਜੀਉਂਦੀ 6 ਬਰੇ ਦੀ ਇੱਕ ਧੀ ਹੈ ਜਿਹੜੀ ਸੁਣੀ ਨਹੀਂ ਸਕਦੀ ਹੈ। ਟਿੰਕਾ ਜੀਉਰੇ ਆਪਣੀ ਧੀ ਗੀ ਸੰਕੇਤਿਕ ਭਾਸ਼ਾ ਦਾ ਕੋਰਸ ਕਰਵਾਇਆ ਹ ਪਰ ਉਹਨੇ ਕੀ ਆਪੂ ਸੰਕੇਤਿਕ ਭਾਸ਼ਾ ਨਹੀਂ ਹੁੰਦੀ। ਇਸ ਵਜ੍ਹਾ ਕਰੀ ਉਹ ਆਪਣੀ ਬੱਚੀ ਕਰਨੇ ਸੰਵਾਦ ਨਹੀਂ ਕਰ ਪੰਦੀਆਂ ਹੀਆਂ ਓਣ ਟਿੰਕਾ ਜੂਰੇ ਵੀ ਸੰਕੇਤਿਕ ਭਾਸ਼ਾ ਦੇ ਸਿਖਲਾਈ ਲੈਂਦੀ ਹੈ ਤੇ ਦੋਨੇ ਮਾਂ ਤੀ ਉਹ ਆਪੂ ਚ ਬੜੀਆਂ ਗੱਲਾਂ ਕਰਤੀਆਂ ਇਨੇ ਜਤਨੇ ਦਾ ਬੜਾ ਵੱਡਾ ਲਾ ਕੇਰਲਾ ਦੀ ਮੰਜੂ ਜੀ ਹੋਰੇਗੀ ਵੀ ਉਹ ਹੈ ਮੰਜੂ ਜੀ ਜਰਮ ਥਮਾ ਗਏ ਸੁਣੀ ਨਹੀਂ ਸਕਦੀਆਂ ਨਾ ਇੰਨਾ ਕੇ ਨਹੀਂ ਉਹਦੇ ਮਾਤਾ ਪਿਤਾ ਉਹਦੇ ਜੀਵਨ ਚ ਵੀ ਇਹ ਜੀ ਸਥਿਤੀ ਰਹੀ ਹੈ ਨੇਕਾ ਸੰਕੇਤਿਕ ਭਾਸ਼ਾ ਗਏ ਪੂਰੇ ਪਰਿਵਾਰ ਲਈ ਸੰਵਾਦ ਦਾ ਜ਼ਰੀਆ ਬਣੀ ਹੈ ਉਨਤੇ ਮਨਜੂ ਜੀ ਹੋਰੇ ਅਪੂ ਗਏ ਸੰਕੇਤਿਕ ਭਾਸ਼ਾ ਦੀ ਅਧਿਆਪਕ ਬਣਨੇ ਦਾ ਵੀ ਫੈਸਲਾ ਲੈ ਲਿਆਤਾ ਹੈ ਸਾਥੀਓ ਮੈਂ ਦੇ ਬਾਰੇ ਚ ਮਨ ਕੀ ਬਾਤ ਇਸ ਕਰੀ ਵੀ ਚਰਚਾ ਕਰਾ ਕਰਨਾ ਤਾਂ ਜੇ 파rti ਸੰਕੇਤਿਕ ਭਾਸ਼ਾ ਕੇ ਲਈ ਹੈ ਜਾਗਰੂਕਤਾ ਵਧਾਏ ਇਹ ਦੇ ਕੰਨਾ ਅਸ ਆਪਣੇ ਦਿਵਿਆਂਗ ਸਾਥੀਆਂ ਦੀ ਮਤੀ ਕੋ ਲਾ ਮਤੀ ਮਦਦ ਕਰੀ ਸਕਗੇ ਭਰਾਓ ਤੇ ਭੈਣੋ ਕਿਸ਼ਤ ਦਿਨ ਪਹਿਲੇ ਮਿੱਗੀ ਬਰੇਲ ਚ ਲਿਖੀ ਦੀ ਹੇਮਕੋਸ਼ ਦੀ ਇੱਕ ਕਾਪੀ ਮਿਲ ਹੋਈ ਹੈ। ਹੇਮਕੋਸ਼ ਅਸਮੀਆਂ ਭਾਸ਼ਾ ਦੀ ਸਭਨੇਸ਼ਾ ਪੁਰਾਣੀ ਡਿਕਸ਼ਨਰੀਆਂ ਚ ਇੱਕ ਹੈ। ਇਹ 19ਵੀਂ ਸਦੀ ਚ ਤਿਆਰ ਕੀਤੀ ਗਈ ਸੀ। ਇਹਦਾ ਸੰਪਾਦਨ ਮਸ਼ਹੂਰ ਪਾਸ਼ਾ ਵਿਦ ਹੇਮਚੰਦਰ ਬਰਵਾਜੂਰੇ ਕੀਤਾ ਹ। ਹੇਮਕੋਸ਼ ਦਾ ਬਰੇਲ ਸੰਸਕਰਨ ਕਰੀਬ 10000 ਸਫੇ ਦਾ ਹੈ ਤੇ ਇਹ 15 ਵਾਲਿਊਮ ਥਾਂ ਵੀ ਮਤੇ ਚ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ। ਇਹ ਰਿਚ 1 ਲੱਖ ਕੋਲਾ ਵੀ ਮਤੇ ਲਫਜ਼ੇ ਦਾ ਅਨੁਵਾਦ ਹੋਣਾ ਹੈ ਮੈਂ ਇਸ ਸੰਵੇਦਨਸ਼ੀਲ ਯਤਨ ਦੀ ਬੜੀ ਸਰਾਹਨਾ ਕਰਨਾ ਇਸ ਚਾਲੀ ਦੇ ਹਰ ਯਤਨ ਦਿਵ్యాੰਗ ਸਾਥੀਆਂ ਦਾ ਕੌਸ਼ਲ ਤੇ ਸਮਰਥ ਬਧਾਣੇ ਚ ਬੜੀ ਮਦਦ ਕਰਦੇ ਨੇ ਅੱਜ ਭਾਰਤ ਪੈਰਾ ਸਪੋਰਟਸ ਵੀ ਕਾਮਯਾਬੀ ਦੇ ਚੰਡੇ ਲਹਿਰਾ ਕਰਦਾ ਹੈ ਅੱਜ ਸਭ ਕਈ ਪ੍ਰਤੀਯੋਗਤਾਇਆਂ ਚ ਇਹਦੇ ਗਵਾਹ ਰਹੇ ਆ ਅੱਜ ਕਈ ਲੋਕ ਐਸੇ ਨੇ ਜਿਹੜੇ ਦਿਵਿਆਂਗੇ ਬਿਸ਼ਕਾਰ ਤੰਦਰੁਸਤ ਰਹਿਣੇ ਦੀ ਸੰਸਕ੍ਰਿਤੀ ਕੀ ਜ਼ਮੀਨੀ ਸਤਰ ਪਰ ਬੜਾਵਾ ਦੇਣੇ ਚ ਜੁਟੇ ਦੇ ਨੇ ਇਹਦੇ ਕੰ内 ਦਿਵਿਆਂਗੇ ਦੇ ਆਤਮ ਵਿਸ਼ਵਾਸ ਕੀ ਬੜਾ ਬਲਤ ਹੁੰਦਾ ਹੈ ਮੇਰੇ ਪਿਆਰੇ ਦੇਸ਼ ਵਾਸੀਓ ਮੈਂ ਕਿਸ਼ ਦਿਨ ਪਹਿਲਾ ਸੂਰਤ ਦੀ ਇੱਕ ਧੀ ਅਨਵੀ ਕੰ内 ਮਿਲਿਆ ਅਨਵੀ ਤੇ ਅਨਵੀ ਉਹਦੇ ਯੋਗ ਕੰ内 ਮੇਰੀ ਉਹ ਮਲਾਟੀ ਇੰਨੀ ਯਾਦਗਾਰ ਰਹੀ ਹੈ ਜੇ ਉਹਦੇ ਬਾਰੇ ਚ ਮੈਂ ਮਨ ਕੀ ਬਾਤ ਦੇ ਸਭ ਨੇ ਸੁਣੋਤਾਏਗੀ ਪੱਕਾ ਦੱਸਣਾ ਚਾਹਨਾ ਸਾਥੀਓ ਅਨਵੀ ਜਰਮ ਥਮਾ ਗਿਆ ਡਾਊਨ ਸਿੰਡਰੋਮ ਕਨ ਅਗਰਸਤਨ ਤੇ ਉਹ ਬਚਪਨ ਥਮਾ ਗਿਆ ਦਿਲ ਦੀ ਗੰਭੀਰ ਬਿਮਾਰੀ ਦੀ ਮਾਰ ਵੀ ਚੱਲਾ ਕਰਦੀਆਂ ਨੇ ਜਿਸ ਲੈ ਉਹ ਛੜੀ ਤ੍ਰੈ ਮਹੀਨੇ ਦੀ ਉਸ ਲੈ ਉਸੇ ਓਪਨ ਹਾਰਟ ਸਰਜਰੀ ਥਮਾ ਵੀ ਗੁਜ਼ਰਨਾ ਪਿਆ ਇਹਨੇ ਸਭਨੇ ਮੁਸ਼ਕਿਲਾਂ ਦੇ ਬਾਵਜੂਦ ਨਾ ਤੇ ਅਨਵੀ ਨੇ ਤੇ ਨਾ ਕਿ ਉਹਦੇ ਮਾਤਾ ਪਿਤਾ ਉਹਰੇ ਕਦੇ ਆਰ ਮੰਨੀ ਅਨਵੀ ਦੇ ਮਾਤਾ ਪਿਤਾ ਉਹਰੇ ਡਾਊਨ ਸਿੰਡਰੋਮ ਦੇ ਬਾਰੇ ਚ ਪੂਰੀ ਜਾਣਕਾਰੀ ਇਕੱਠੀ ਕੀਤੀ ਦੇਪੂ ਦਾ ਕੀਤਾ ਜੇ ਅਨਵੀ ਦੀ ਦੁਨੀਆ ਪਰ ਨਿਰਭਰਤਾ ਕੀ ਕਟਕੀਆਂ ਕਰਕੇ ਉਹਨੇ ਅਨਵੀ ਕੀ ਪਾਣੀ ਦਾ ਗਲਾਸ ਖੀਆਂ ਚੁਕਣਾ ਬੂਟੇ ਦੇ ਤਸਮੇ ਕੀਆ ਬੰਨਨੇ ਕੱਪੜੇ ਦੇ ਬਟਨ ਕੀਆ ਲਾਣਾ ਐਸੀ ਨਿੱਕੀ ਨਿੱਕੀ ਚੀਜ਼ਾਂ ਸਿਖਾੜਾ ਸ਼ੁਰੂ ਕੀਤਾ ਕਿਹੜੀ ਚੀਜ਼ ਹੈ ਥਾਰ ਕੁੱਥੇ ਹੈ ਕਿਹੜੀਆਂ ਸ਼ੈਲ ਆਤਾਂ ਹੁੰਦੀਆਂ ਨੇ ਇਹ ਸਭ ਕੁਝ ਬੜੇ ਸਬਰ ਦਾ ਕੰਨਾ ਉਹਨੇ ਅਨਵੀ ਕੀ ਸਿਖਾਣੇ ਦੀ ਕੋਸ਼ਿਸ਼ ਕੀਤੀ ਤੇ ਅਨਵੀ ਨੇ ਜਿਸ ਚਾਲੇ ਸਿੱਖਣ ਦੀ ਇੱਛਾ ਸ਼ਕਤੀ ਦੱਸੀ ਆਪਣੀ ਪ੍ਰਤਿਬਾ ਦਸੀ ਉਹਦੇ ਨੇ ਉਹਦੇ ਮਾਤਾ ਪਿਤਾ ਕੀ ਵੀ ਬੜਾ ਹੌਸਲਾ ਮਿਲਿਆ ਅਨਵੀ ਗੀ ਯੋਗ ਸਿੱਖਣ ਲਈ ਪ੍ਰੇਰਿਤ ਕੀਤਾ ਮੁਸੀਬਤ ਇੰਨੀ ਗੰਭੀਰ ਸੀ ਜੀ ਅਨਵੀ ਆਪਣੇ ਦਾਂਹੂ ਪੈਰਾਂ ਪਰ ਖੜੋਈ ਨਹੀਂ ਸਕਦੀ ਸੀ ਨਵੇਂ ਹਾਲਾਤ ਚ ਉਹਦੇ ਮਾਤਾ ਪਿਤਾ ਜੀ ਉਹਨੇ ਅਨਵੀ ਕੀ ਯੋਗ ਸਿੱਖਣ ਲਈ ਪ੍ਰੇਰਿਤ ਕੀਤਾ ਪਹਿਲੀ ਵਾਰੀ ਜਿਸ ਲੈ ਉਹ ਯੋਗ ਸਿਖਾਣੇ ਵਾਲੀ ਕੋਚ ਕਸ਼ ਗਈ ਤਾਂ ਉਹ ਵੀ ਬੜੀ ਦੁਬਧਾ ਚ ਹੈ ਜੀ ਕਿਆ ਇਹ ਮਾਸੂਮ ਬੱਚੀ ਯੋਗ ਕਰੀ ਸਕੂਗਾ ਪਰ ਕੋਚ ਦੀ ਵੀ ਸ਼ਾਇਦ ਇਹਦਾ ਅੰਦਾਜ਼ਾ ਨਹੀਂ ਹਾਂ ਜੀ ਅਨਵੀ ਕਿਸ ਮਿੱਟੀ ਦੀ ਬਣੀ ਧੀ ਹੈ ਉਹ ਆਪਣੀ ਮਾਤਾ ਦੇ ਕੰਨੇ ਯੋਗ ਦਾ ਅਭਿਆਸ ਕਰਨ ਲੱਗੀ ਪਈ ਤੇ ਹੁਣ ਤੇ ਉਹ ਯੋਗ ਚ ਮਾਹਿਰ ਹੋ ਚੁੱਕੀ ਦੀ ਹੈ ਅਨਵੀ ਅੱਜ ਮੁਲਕ ਪਰਦੇ ਦੇ ਮੁਕਾਬਲੇ ਚ ਇਸ ਹਾਂ ਲੈਂਦੀ ਹੈ ਤੇ ਤਗਮੇ ਜਿੱਤਦੀ ਹੈ ਯੋਗ ਨੇ ਅਨਵੀ ਨੂੰ ਨਵਾਂ ਜੀਵਨ ਦੇ ਦਿੱਤਾ ਅਨਵੀ ਨੇ ਯੋਗ ਕੀ ਆਤਮ ਸਾਥ ਕਰੀਆ ਜੀਵਨ ਕੀ ਆਤਮ ਸਾਥ ਕੀਤਾ ਅਨਵੀ ਦੇ ਮਾਤਾ-ਪਿਤਾ ਰਮੀ ਨੇ ਦੱਸਿਆ ਜੀ ਯੋਗ ਕਰਨ ਨਾਲ ਅਨਵੀ ਦੇ ਜੀਵਨ 'ਚ ਅਨੋਖਾ ਬਦਲਾਅ ਦਿਖਣੇ ਹੀ ਮਿਲਿਆ ਹੈ। ਉਹਨਾਂ ਦਾ ਆਤਮ ਵਿਸ਼ਵਾਸ ਕਮਾਲ ਦਾ ਹੋ ਹੀ ਗਿਆ ਹੈ। ਯੋਗ ਕਰਨ ਨਾਲ ਅਨਵੀ ਦੀ ਸਰੀਰਕ ਸਿਹਤ 'ਚ ਵੀ ਸੁਧਾਰ ਹੋਇਆ ਤੇ ਦਵਾਈਆਂ ਦੀ ਲੋੜ ਵੀ ਘਟੁੰਦੀ ਜਾ ਰਹੀ ਹੈ। ਮੈਂ ਚਾਹਂਗ ਜੇ ਦੇਸ਼ ਵਿਦੇਸ਼ 'ਚ ਮੌਜੂਦ ਮਨਕੀ ਬਾਤ ਦੇ ਸ਼੍ਰੋਤਾ ਅਨਵੀ ਕੀ ਯੋਗ ਕਰਨ ਹੈ ਉਹਦੇ ਲਾਹ ਦਾ ਵਿਗਿਆਨਿਕ ਸ਼ੋਧ ਕਰੀ ਸਕਣ। ਮੇਂ ਲੱਗਦਾ ਹੈ ਜੇ ਅਨਵੀ ਇੱਕ ਵਧੀਆ ਕੇਸ ਸਟਡੀ ਹੈ। ਜਿਹੜੇ ਯੋਗ ਦੀ ਸਮਰੱਥੀ ਜਾਂਚਣਾ ਪਰਖਣਾ ਚਾਹੁੰਦੇ ਨੇ ਐਸੇ ਵਿਗਿਆਨਕੀ ਕੀ ਅਗਿਆਈ ਹੈ ਅਨਵੀ ਦੀ ਇਸ ਕਾਮਯਾਬੀ ਪਰ ਖੋਜ ਕਰੀਏ ਯੋਗ ਦੀ ਸਮਰੱਥ ਕਰਨੇ ਦੁਨੀਆ ਕੀ ਵਾਕਿਫ ਕਰਵਾਣਾ ਲੋੜ ਚੁਦਾ ਹੈ ਐਸਾ ਕੋਈ ਵੀ ਖੋਜ ਦੁਨੀਆ ਪਰ ਹੈਚ ਡਾਊਨ ਸਿੰਡਰੋਮ ਕਰਨੇ ਗ੍ਰਸਤ ਬੱਚੇ ਦੀ ਬੜੀ ਮਦਦ ਕਰੀ ਸਕਦਾ ਹੈ ਦੁਨੀਆ ਹੁਣ ਇਸ ਗੱਲੇ ਕੀ ਮੰਨੀ ਚੁੱਕੀ ਦੀ ਹੈ ਜੇ ਸ਼ਰੀਰਿਕ ਤੇ ਦਿਮਾਗੀ ਤੰਦਰੁਸਤੀ ਲਈ ਯੋਗ ਬੜਾ ਮਤਾਕਾਰ ਕਰੇ खास खासकर शूगर ब्लड प्रेशर से जुड़ी दें मुश्किलें योग करने बड़ी मदद मिलती है योग दी ऐसी के शक्ति की दिखती हुई इक्की जून की संयुक्त राष्ट्र ने अंतर्राष्ट्रीय योग दिवस मनाना तय कि यूनाइटेड नेशन संयुक्त राष्ट्र ने भारत ने एक हो जन मान्यता दी है उम्मानित है ਇਹ ਚਤਨਾ ਬਰੇ 2017 ਚ ਸ਼ੁਰੂ ਕੀਤਾ ਗਿਆ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇਨੀਸ਼ੀਏਟਿਵ ਇਹਦੇ ਤਹਿਤ ਬਲੱਡ ਪ੍ਰੈਸ਼ਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਾ ਕਰਦੇ ਲੱਖਾਂ ਵੱਧੇ ਲੋਕਾਂ ਦਾ ਇਲਾਜ ਸਰਕਾਰੀ ਸੇਵਾ ਕੇਂਦਰ ਵਿੱਚ ਕੀਤਾ ਜਾਂਦਾ ਹੈ ਜਿਸ ਚਾਲੀ ਇਸ ਪਹਿਲ ਕਦਮੀ ਨੇ ਅੰਤਰਰਾਸ਼ਟਰੀ ਸੰਸਥਾਵਾਂ ਦਾ ਧਿਆਨ ਆਪਣੀ ਵੱੱਕੀ ਖਿੱਚਿਆ ਉਹ ਬੇਮਿਸਾਲ ਹੈ ਇਹ ਸਾਡੇ ਸਭਨੇ ਲਈ ਉਤਸ਼ਾਹ ਵਧਾਣ ਵਾਲੀ ਗੱਲ ਹੈ ਜੀ ਜਿਹੜੇ ਲੋਕਾਂ ਦਾ ਇਲਾਜ ਹੋਇਆ ਉਹਦੇ ਚਾ ਕਰੀਬ अदे ब्लड प्रैशर काबू च है मैं इस पहलकदमी कम करने वाले सभन लोग मतिया मतिया मबारखा देना जिन्हें अपनी अंथक मेहनत करने इसी कामयाब बनाया साथियों मनुख्य जीवन की विकास यात्रा लगातार पानी जुड़ी दी है पावें समुंदर हो दरिया हो तलाव हो है? ਪਾਰ ਦਾ ਵੀ ਸਬੰਧ ਹੈ ਜੀ ਕਰੀਬ 7000 ਕਿਲੋਮੀਟਰ ਥਵਾ ਮਤੇ ਲੰਮੇ ਸਮੁੰਦਰੀ ਕੰਢੇ ਕਰੀ ਸਾਡਾ ਸਮੁੰਦਰ ਕਾ ਨਾਲ ਰਿਸ਼ਤਾ ਅਨਤ੍ਰੁਪਤ ਰਿਹਾ ਹੈ ਇਸ ਸਮੁੰਦਰੀ ਕੰਢੇ ਵਾਲੀ ਸੀਮਾ ਕਈ ਰਾਜਾਂ ਤੇ ਟਾਪੂਆਂ ਸ਼ਾ ਉਹ ਯਲੰਤੀ ਹੈ ਭਾਰਤ ਦੇ ਵੱਖ-ਵੱਖ ਸਮੁਦਾਇ ਤੇ ਬਨਸਵੰਨਤਾਇ ਕਹਿੰਦੇ ਪ੍ਰੋਚੀ ਦੀ ਸੰਸਕ੍ਰਿਤੀ ਕੀ ਇੱਥੇ ਵੱਧਦੇ ਮਠੋਂਦੇ ਦਿਖਿਆ ਜਾ ਸਕਦਾ ਹੈ ਇਨਾਗੇ ਨਹੀਂ ਇਹ ਸਮੁੰਦਰੀ ਕੰਢਿਆਲੇ ਇਲਾਕੇ ਦਾ ਖਾਨਪਾਨ ਲੋਕਾਂ ਨੂੰ ਬੜਾ ਆਕਰਸ਼ਿਤ ਕਰਦਾ ਹੈ ਪਰ ਇਹਨੇ ਮਜ਼ੇਦਾਰ ਗੱਲਾਂ ਦੇ ਕੰਨੇਗਾ ਇੱਕ ਦੁਖਦ ਪਹਿਲੂ ਵੀ ਹੈ ਸਾੜੇ ਇਸ ਸਮੁੰਦਰੀ ਕੰਡੇ ਵਾਲੇ ਇਲਾਕੇ ਪਰਿਆਵਰਣ ਕੰਨਾਂ ਜੁੜੀ ਦੀ ਕਈ ਚੁਣੌਤੀਆਂ ਦਾ ਸਾਹਮਣਾ ਕਰਾ ਕਰਦੇ ਨੇ ਜਲਵਾਯੂ ਪਰਿਵਰਤਨ ਮਰੀਨ ਇਕੋਸਿਸਟਮ ਲਈ ਵੱਡਾ ਖਤਰਾ ਬਣੇਦਾ ਹੈ ਤਾਂ ਦੂਈ ਬੱਖੀ ਸਾੜੇ ਸਮੁੰਦਰੀ ਕੰਡੇ ਪਰ ਫੈਲੀ ਦੀ ਗੰਦਗੀ ਪਰੇਸ਼ਾਨ ਕਰਨ ਵਾਲੀ ਹੈ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਚਿਆਸ ਇਹਨੇ ਚ ਨੋਤੀ ਲਈ ਗੰਭੀਰ ਤੇ ਲਗਾਤਾਰ ਯਤਨ ਕਰ ਚਾਹੇ ਇਥੇ ਮੈਂ ਮੁਲਖਿਆ ਦੇ ਸਮੁੰਦਰੀ ਕੰਡੇ ਵਾਲੇ ਇਲਾਕੇ ਚ ਸਮੁੰਦਰੀ ਕੰਡੇ ਦੀ ਸਫਾਈ ਦੀ ਇੱਕ ਕੋਸ਼ਿਸ਼ स्वच्छ ਸਾਗਰ ਸੁਰੱਖਿਤ ਸਾਗਰ ਇਹਦੇ ਬਾਰੇ ਚ ਗੱਲ ਕਰਨਾ ਚਾਹਾਂਗ 5 ਜੁਲਾਈ ਗੀ ਸ਼ੁਰੂ ਹੋਇਆ ਦਾ ਇਹ ਅਭਿਆਨ ਜਨਦੀ 17 ਸਤੰਬਰ ਗੀ ਵਿਸ਼ਵ ਕਰਮਾ ਜਨਤੀ ਵਾਲੇ ਦਿਨ ਸੰਪੰਨ ਹੋਆ ਇਸਾ ਦਿਨ ਕੋਸਤਲ ਕਲੀਨ ਅਪ ਡੇ ਵੀ ਹਾ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਚ ਸ਼ੁਰੂ ਹੋਈ ਦੀ ਇਹ ਮੁਹਿੰਮ 75 ਦਿਨ ਤੱਕ ਚੱਲੀ। ਇਹਦੇ ਚ ਲੋਕਾਂ ਦੀ ਇਸੇਦਾਰੀ ਦਿਖਦੇ ਕੇ ਬਣਾ ਕਰਦੀ ਹੀ। ਇਸ ਕੋਸ਼ਿਸ਼ ਦੇ ਦੌਰਾਨ ਪੂਰੇ 2.5 ਮਹੀਨੇ ਤੱਕ ਸਫਾਈ ਦੇ ਨੇਕਾਂ ਕਾਰਕਰਮ ਦਿਖਣੇ ਗਿਲੇ। ਗੋਆ ਚ ਇੱਕ ਲੰਮੀ ਮਾਨਵ ਸ਼੍ਰੇਨਖਲਾ ਬਣਾਈ ਗਈ। ਕਾਕੀ ਨਾੜਾ ਚ ਗਣਪਤੀ ਵਿਸਰਜਨ ਦੇ ਦੌਰਾਨ ਲੋਕਾਂ ਦੀ ਪਲਾਸਟਿਕ ਕੰਨੇ ਉਹਨਾਂ 'ਲੇ ਨੁਕਸਾਨ ਦੇ ਬਾਰੇ ਚ ਦੱਸਿਆ ਗਿਆ। ਐਨਐਸਐਸ ਦੇ ਲਗਭਗ 5000 ਯੁਵਾ ਸਾਥੀਆਂ ਤੇ 31ਵਾਂ ਮਤਾ ਪਲਾਸਟਿਕ ਇਕੱਠਾ ਕੀਤਾ। ਉੜੀਸ਼ਾ ਚ ਤ੍ਰਾਂਹ ਦਿਨ ਦੇ ਅੰਦਰ 20 ਹਜ਼ਾਰ ਥਵਾ ਮਤੇਸ ਕੂਲੀ ਛਾਤਰੀ ਸਗੰਦ ਚੁੱਕੀ ਜੀ ਉਹ ਆਪਣੇ ਕੰਨ ਹੈਗਾ ਪਰਿਵਾਰ ਤੇ ਆਲੇ ਦੁਆਲੇ ਦੇ ਲੋਕ ਕਿ ਵੀ ਸਵਚ ਸਾਗਰ ਔਰ ਸੁਰਖਸ਼ਿਤ ਸਾਗਰ ਲਈ ਪ੍ਰੇਰਿਤ ਕਰਨਗਣ। ਮੈਂ ਓਕੜੇ ਸਭਨੇ ਲੋਕ ਕਿ ਗੀ ਬਧਾਈ ਦੇਣਾ ਚਾਹਨਾ ਜਿਨੇ ਇਸ ਅਭਿਆਜ ਇਸਾ ਲੈਤਾ। ਚੁਨੇ ਗਏ ਤੇ ਅਫਸਰੇ ਖਾਸ ਕਰੀਏ ਸ਼ਹਿਰ ਦੇ ਮੇਅਰ ਤੇ ਗਰਾਹ ਦੇ ਸਰਪੰਚੇ ਕੰਨ ਜਿਸਲੇ ਮੈਂ ਸੰਵਾਦ ਕਰਨਾ। ਤਾਂ ਇਹ ਗੁਜ਼ਾਰਿਸ਼ ਪੱਖ ਕਾ ਕਰਨਾ ਇਹ ਸਵੱਛਤਾ ਜਨੇ ਜਤਨੇ ਚ ਮੁਕਾਮੀ ਸਮੁਦਾਏ ਤੇ ਮੁਕਾਮੀ ਸੰਗਠਨੇ ਕੀ ਸ਼ਾਮਿਲ ਕਰਨ ਇਨੋਵੇਟਿਵ ਤਰੀਕੇ ਅਪਣਾਨ ਬੰਗਲੁਰੂ ਚ ਇੱਕ ਟੀਮ ਹੈ ਯੂਥ ਫਾਰ ਪਰਿਵਰਤਨ ਪਿਛਲੇ 8 ਬਾਰੇ ਥਮਾ ਇਹ ਟੀਮ ਸਵੱਛਤਾ ਤੇ ਦੂਈ ਸਮੁਦਾਇਕ ਗਤੀਵਿਧੀਆਂ ਕੀ ਲਈਏ ਕੰਮ ਕਰਿਆ ਕਰਦੀ ਹੈ ਉੰਦਾ ਮਕਸਦ ਬਿਲਕੁਲ ਸਾਫ ਹੈ ਸਟਾਪ ਕੰਪਲੇਨਿੰਗ ਸਟਾਰਟ ਐਕਟਿੰਗ इस टीम ने हून शहर भर द्रै सौ सत्तर शा मती थर छलैपा बधाया हर थर पर यूथ फॉर परिवर्तन अभियान ने सौ शा डेढ़ सौ नागरिकों की को है हर ऐतवार एक कार्यक्रम बड़ल शुरू हो दोपहरी तक चलता है इस कम च कचरा हटाया जन्द कधे पर पेंटिंग ते कलात्मक स्कैच बनाने का कम भी होता ਕਈ ਥਾਰੇ ਪਰਤੇ ਤੁਸ ਮਸ਼ਹੂਰ ਵਿਅਕਤੀਆਂ ਦੇ ਸਕੈਚ ਤੇ ਉਹਦੀ ਪ੍ਰੇਰਣਾ ਦੇਣ ਵਾਲੀ ਗੱਲ ਨੇ ਵੀ ਦਿਖੀ ਸਕਦੇ ਹੋ ਬੈਂਗਲੁਰੂ ਦੇ ਯੂਥ ਫਾਰ ਪਰਿਵਰਤਨ ਦੇ ਯਤਨ ਦੇ ਬਾਅਦ ਮੈਂ ਤੁਸੇਂਗੀ ਮੇਰਠ ਦੇ ਕਬਾੜ ਸੇ ਜੁਗਾੜ ਅਭਿਆਨ ਦੇ ਬਾਰੇ ਵੀ ਦੱਸਣਾ ਚਾਹਾਂਦਾ ਇਹ ਅਭਿਆਨ ਪਰਿਆਵਰਣ ਦੀ ਸੁਰੱਖਿਆ ਦੇ ਕੰਨੇ ਕੰਨੇ ਸ਼ਹਿਰ ਦੀ ਖੂਬਸੂਰਤੀ ਬਧਾਣੇ ਕੰਨੇ ਵੀ ਜੁੜੇਦਾ ਹੈ ਇਸ ਮੁਹਿੰਮ ਦੀ ਖਾਸ ਗੱਲ ਇਹ ਵੀ ਹੈ ਕਿ ਇਹਦੇ ਚ ਲੋਹੇ ਦਾ ਕਬਾੜ ਪਲਾਸਟਿਕ ਕਚਰਾ ਪੁਰਾਣੇ ਟਾਇਰ ਤੇ ਡਰਮ ਜਿਹੀ ਬੇਕਾਰ ਹੋਈ ਗਈ ਦੀ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਘੱਟ ਖਰਚੇ 'ਚ ਸਾਰਵਜਨਿਕ ਥਾਰੇ ਦੀ ਖੂਬਸੂਰਤੀ ਕਿੰਨਾ ਹੋਇਆ ਹੈ ਇਹ ਅਭਿਆਨ ਇਹਦੀ ਵੀ ਇੱਕ ਮਿਸਾਲ ਹੈ ਇਸ ਅਭਿਆਨ ਕਰੇ ਜੁੜੇ ਦੇ ਸਭਨੇ ਲੋਕਾਂ ਦੀ ਮੈਂ ਦਿਲੇ ਕਰਨੇ ਸਰਾਣਾ ਕਰਨਾ ਮੇਰੇ ਪਿਆਰੇ ਦੇਸ਼ ਵਾਸੀਓ ਇਸ ਵੇਲੇ ਮੁਲਖਾਂ 'ਚ ਚਵਖਾ ਹੈ ਉਤਸਵ ਦੀ ਰੌਣਕ ਹੈ ਕੱਲ ਨਰਾਤੇ ਦਾ ਪਹਿਲਾ ਦਿਨ ਹੈ ਇਹਦੇ ਚ ਅਸ ਦੇਵੀ ਦੇ ਪਹਿਲੇ ਸਰੂਪ ਮਾ ਸ਼ੈਲ ਪੁੱਤਰੀ ਦੀ ਉਪਾਸਨਾ ਕਰ ਗਏ ਇੱਥੂਆਂ ਨੌਂ ਦਿਨੇ ਦਾ ਨਿਯਮ ਸੰਯਮ ਤੇ ਵਰਤ ਤੇ ਫੀ ਵਿਜੇਦਸ਼ਮੀ ਦਾ ਪਰਬ ਯੋਗ ਯਾਨੀ ਇੱਕ ਚਾਲਿਕ ਅਨੇ ਦੇਖਚਾ ਤਾਂ ਅਸ ਦੇਖ ਗਏ ਜੇ ਸਾਢੇ ਪਰਵੇਂ ਚ ਆਸਥਾ ਤੇ ਅਧਿਆਤਮਿਕਤਾ ਦੇ ਕੰਨੋ ਕੰਨੀ ਕਿੰਨਾ ਡੂੰਗਾ ਸੰਦੇਸ਼ ਵੀ ਛਪੇ ਦਾ ਹੈ ਅਨੁਸ਼ਾਸਨ ਤੇ ਸਬਰ ਥਮਾ ਸਿੱਧੀ ਦੀ ਪ੍ਰਾਪਤੀ ਤੇ ਉਹ ਦੇ ਪ੍ਰੰਤ ਜਿੱਤ ਦਾ ਪਰਬ ਇਹ ਤੇ ਜੀਵਨ ਚ ਕੁਝ ਵੀ ਲਕਸ਼ਯੇ ਅਸਲ ਕਰਨ ਦੀ ਬਾਤ ਹੁੰਦੀ ਹੈ। ਦੁਸ਼ਹਿਰੇ ਮਗਰਾ ਧਨ ਤੇਰਸ ਤੇ ਦਿਵਾਲੀ ਦਾ ਵੀ ਪਰਵਾਨੇ ਆਲਾ ਹੈ। ਸਾਥੀਓ ਪਿਛਲੇ ਭਰੇ თਮਾ 13.5 ਦੇ ਕੰਨੇ ਮੁਲਕ ਦਾ ਇੱਕ ਨਵਾਂ ਤੈਯਾ ਵੀ ਜੁੜ ਗਿਆ ਹੈ। ਤੁਸੀਂ ਸਭ ਇਹ ਜਾਣਦੇ ਹੋ ਉਹ ਤੈਯਾ ਵੋਕਲ ਫਾਰ ਲੋਕਲ ਦਾ। ਉਹਨਾਂ ਇਸ ਤਿਆਰੇ ਦੀ ਖੁਸ਼ੀ ਚ ਆਪਣੇ ਮੁਕਾਮੀ ਕਾਰੀਗਰਾਂ ਦੀ, ਸ਼ਿਲਪਕਾਰਾਂ ਦੀ ਤੇ ਵਪਾਰੀਆਂ ਦੀ ਵੀ ਸ਼ਾਮਲ ਕਰਨਿਆ। ਆਉਣ ਵਾਲੇ 2 ਦਸੰਬਰ ਦੇ ਬਾਪੂ ਦੀ ਜਨਮ ਦਿਨ ਦੇ ਮੌਕੇ ਪਰ ਅਸਾਂ ਇਸ ਅਭਿਆਨ ਦੀ ਔਰ ਤੇਜ਼ ਕਰਨ ਦਾ ਸੰਕਲਪ ਲੈਣਾ ਹੈ ਖਾਦੀ, ਹੱਥ ਖੱਡੀ, ਦਸਤਕਾਰੀ ਇਹਨੇ ਸਭਨੇ ਉਤਪਾਦ ਦੇ ਕੰਮ ਨੂੰ ਕਰਨੀ ਮਕਾਮੀ ਸਮਾਨ ਪੱਕਾ ਖਰੀਦੋ ਆਖਰ ਇਸ ਤਿਹਾਰ ਦਾ ਸਹੀ ਆਨੰਦ ਵੀ ਉਸ ਲੈ ਜਿਸ ਲੈ ਹਰ ਕੋਈ ਇਸ ਤਿਹਾਰ ਦਾ ਹਿੱਸਾ ਬਣ ਹੈ ਇਸ ਕਰੀ ਮਕਾਮੀ ਉਤਪਾਦ ਦੇ ਕੰਮ ਕਰਨੇ ਜੁੜੇ ਦੇ ਲੋਕਾਂ ਕੀ ਅਸੇ ਸਮਰਥਨ ਵੀ ਦੇਣਾ ਹੈ ਇੱਕ ਖਰਾ ਤਰੀਕਾ ਇਹ ਹੈ ਇਹ ਤਿਆਰ ਦਾ ਬਿੱਲ ਹੈ ਅਤੇ ਜੋ ਵੀ ਤੋਹਫਾ ਦੇਚਾ ਹੈ ਉਹਦੇ ਚ ਇਸ ਕਿਸਮ ਦੇ ਉਤਪਾਦ ਕੀ ਸ਼ਾਮਲ ਕਰ ਜਾਏ ਇਸ ਬਿੱਲ ਇਹ ਅਭਿਆਨ ਇਸ ਕਰੀਏ ਵੀ ਖਾਸ ਹੈ ਕਿ ਜੀਏ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਅਸ ਆਤਮ ਨਿਰਭਰਤਾ ਵੀ ਲਕਸ਼ ਲੀਏ ਚਲਾ ਕਰਨਿਆ ਜਿਹੜਾ ਸਹੀ ਮਾਇਨੇ ਚ ਆਜ਼ਾਦੀ ਦੇ دیਵਾਨੇ ਕੀ ਇੱਕ ਸੱਚੀ ਸ਼ਰਧਾਂਜਲੀ ਹੋ ਇਸ ਕਰੀਏ ਮੇਰੀ ਤੁਸੇ ਕੀ ਬੇਨਤੀ ਹੈ ਇਸ ਬਾਰੀ ਖਾਦੀ ਅਤਖੱਡੀ ਜਾਂ ਦਸਤਕਾਰੀ ਇਸ ਉਤਪਾਦ ਕੀ ਖਰੀਦਨੇ ਦੇ ਤੋ ਸਬਰ ਕਾਰਡ ਤੋੜੀ ਦਿਓ ਅਸੀਂ ਦੇਖਿਆ ਹੈ ਤਿਵਾਰੇ ਪਰ ਪੈਕਿੰਗ ਤੇ ਪੈਕੇਜਿੰਗ ਲਈ ਪੋਲੀਥੀਨ ਦੇ ਚੋਲੇ ਦਾ ਵੀ ਮਤਾ ਇਸਤੇਮਾਲ ਹੁੰਦਾ ਰਿਹਾ ਹੈ ਸਵੱਛਤਾ ਦੇ ਪਰਵੇ ਪਰ ਪੋਲੀਥੀਨ ਦਾ ਨੁਕਸਾਨ ਕਰ ਕਚਰਾ ਇਬੀ ਸਾਡੇ ਪਰਵੇ ਦੀ ਭਾਵਨਾ ਖਿਲਾਫ ਹੈ ਇਸ ਕਰੀਏ ਅਸ ਮੁਕਾਮੀ ਸਤਾਰ ਉਪਰ ਬਣੇ ਦੇ ਗੈਰ ਮومی ਲਫਾਫੇ ਦਾ ਗੇ ਇਸਤੇਮਾਲ ਕਰਚਾ ਹੈ ਸਾਰੇ ਇਥੇ ਜੂਟ ਦੇ ਸੂਤ ਦੇ ਕੇਲੇ ਦੇ ਨੇ ਕਿੰਨੇ ਗਏ ਪਰਪਰਿਕ ਝੋਲੇ ਦਾ ਚਲਨ ਇੱਕ ਬਾਰੀ ਫੀ ਬਤਾ ਕਰਦਾ ਹੈ ਇਹ ਸਾਰੀ ਜ਼ਿੰਮੇਦਾਰੀ ਹੈ ਜਿ ਆਸਤਿਆਰੇ ਦੇ ਮੌਕੇ ਉਪਰ ਯਾਨੀ ਕਿ ਵੜਾਵਾ ਦੇ ਚ ਹੈ ਤੇ ਸਵੱਛਤਾ ਦੇ ਕੰਨ ਆਪਣੀ ਤੇ ਪਰਿਆਵਰਨ ਦੀ ਸੇਧ ਦਾ ਵੀ ਖਿਆਲ ਰੱਖ ਜਾਏ ਮੇਰੇ ਪਿਆਰੇ ਦੇਸ਼ ਵਾਸੀਓ ਸਾਰੇ ਸ਼ਾਸਤਰਾਂ ਚ ਆਖਿਆ ਗਿਆ ਹੈ ਪਰਹਿਤ ਸਰੀਸ ਧਰਮ ਨਹੀਂ ਭਾਈ ਯਾਨੀ ਦੂਂਗੇ ਦਾ ਇਤ ਕਰਨ ਦੇ ਬਰੋਬਰ ਦੁੰਗੇ ਦੀ ਸੇਵਾ ਕਰਨੇ ਉਪਕਾਰ ਕਰਨੇ ਦੇ ਬਰੋਬਰ ਕੋਈ ਹੋਰ ਤਰਮ ਨਹੀਂ ਹੈ ਪਿਛਲੇ ਦਿਨੇ ਮੁਲਖਾ ਚ ਸਮਾਜ ਸੇਵਾ ਦੀ ਇਸਹਿ ਭਾਵਨਾ ਦੀ ਇੱਕ ਹੋਰ ਝਲਕ ਦੇਖਣੇ 기 ਲੱਭੀ ਤੁਸੀਂ ਵੀ ਦਿਖਿਆ ਹੋ ਜੇ ਲੋਕ ਅੱਗੇ ਆਈ ਹੈ ਕਿਸੇ ਨਾ ਕਿਸੇ ਟੀਬੀ ਕਨੇ ਪੀੜਿਤ ਮਰੀਜ਼ ਕੀ ਗੋਤ ਲੈ ਕਰਦੇ ਨੇ ਉਹਦੀ ਸਤਦਾਰ ਖੁਰਾਕ ਦਾ ਬੀੜਾ ਚੁੱਕਾ ਕਰਦੇ ਨੇ ਦਰਅਸਲ ਇਹ ਟੀਬੀ ਮੁਕਤ ਭਾਰਤ ਅਭਿਆਨ ਦਾ ਇੱਕ ਇਸਹਿ ਜਿਹਦਾ ਆਧਾਰ ਲੋਕਾਂ ਦੀ ਇਸੇਦਾਰੀ ਹੈ ਜ਼ਿੰਮੇਵਾਰੀ ਦੀ ਭਾਵਨਾ ਹੈ ਸਹੀ ਪੋਸ਼ਣ ਕਰਨੇ ਗਏ ਸਹੀ ਸਮੇਂ ਪਰ ਮਿਲੀ ਦੀ ਦਵਾਈਆਂ ਕਰਨੇ ਟੀਬੀ ਦਾ ਇਲਾਜ ਮੁਮਕਨ ਹੈ ਮੇਕ ਵਿਸ਼ਵਾਸ ਹੈ ਕਿ ਲੋਕਾਂ ਦੀ ਇਸ ਸੇਦਾਰੀ ਦੀ ਇਸ ਸ਼ਕਤੀ ਕਰਨਾ ਬਰੇ 2025 ਤੱਕ ਭਾਰਤ ਪੱਕ ਗਏ ਟੀਬੀ ਸ਼ਾ ਮੁਕਤ ਹੋ ਜਾਗ ਸਾਥੀਓ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ਤੇ ਦਮਨ ਦੀਵ ਥਮਾ ਵੀ ਮੇਗੀ ਇੱਕ ਐਸੀ ਮਿਸਾਲ ਜਾਣਨੇ ਦੀ ਮਿਲੀ ਹੈ ਜਿਹੜੀ ਮਨੇਗੀ ਛੂਈ ਲੈਂਦੀ ਹੈ ਇੱਥੇ ਦੇ ਆਦੀਵਾਸੀ ਇਲਾਕੇ ਚ ਰੌਣੇ ਵਾਲੀ ਜੀਨੂ रावतਿਆ ਜੀ ਉਹਨੇ ਲਿਖਿਆ ਹੈ ਜੇ ਉੱਥੇ ਚਲਾ ਕਰਦੇ ਗ੍ਰਾਮ ਦਤਕ ਕਾਰਜਕ੍ਰਮ ਦੇ ਤਹਿਤ ਮੈਡੀਕਲ ਕਾਲਜ ਦੇ ਵਿਦਿਆਰਥੀਏ 50 ਗਰਾਂਏਗੀ ਗੋਤ ਲਤਾ ਹੈ ਇਹਦੇ ਚ ਜੀਨੂ ਜੀ ਦਾ ਗ੍ਰਾਮ ਵੀ ਸ਼ਾਮਲ ਹੈ ਮੈਡੀਕਲ ਦੇ ਇਹ ਛਾਤਰ ਬਿਮਾਰੀ ਤੋਂ ਬਚਣੇ ਲਈ ਗਰਾਹ ਦੇ ਲੋਕਾਂ ਕੀ ਜਾਗਰੂਕ ਕਰਦੇਨ ਬਿਮਾਰੀ ਚ ਮਦਦ ਵੀ ਕਰਦੇਨ ਤੇ ਸਰਕਾਰੀ ਯੋਜਨਾ ਦੇ ਬਾਰੇ ਚ ਵੀ ਜਾਣਕਾਰੀ ਦਿੰਦੇਨ ਪਰਉਪਕਾਰ ਦੀ ਇਹ ਭਾਵਨਾ ਗ੍ਰਾਹਕ ਛਟਾਉਣੇ ਵਾਲੇ ਦੇ ਜੀਵਨ 'ਚ ਨਵੀਆਂ ਖੁਸ਼ੀਆਂ ਲੈ ਕੇ ਆਈ ਹੈ ਮੈਂ ਇਹਦੇ ਲਈ ਮੈਡੀਕਲ ਕਾਲਜ ਦੇ ਸਭਨੇ ਵਿਦਿਆਰਥੀਆਂ ਦਾ ਅਭਿਨੰਦਨ ਕਰਨਾ ਸਾਥੀਓ ਮਨ ਕੀ ਬਾਤ 'ਚ ਨਵੇਂ-ਨਵੇਂ ਵਿਸ਼ੇ ਦੀ ਚਰਚਾ ਹੁੰਦੀ ਰਹਿੰਦੀ ਹੈ ਕਈ ਵਾਰੀ ਇਸ ਕਾਰਜਕ੍ਰਮ ਦੇ ਰਾਹੀਂ ਅਸੀਂ ਕਿ ਕਿਸ਼ੂ ਪੁਰਾਣੇ ਵਿਸ਼ੇ ਦੀ ਗਹਿਰਾਈ 'ਚ ਵੀ ਉਤਰਨੇ ਦਾ ਮੌਕਾਤ ਹੁੰਦਾ ਹੈ ਪਿਛਲੇ ਮਹੀਨੇ ਮਨ ਕੀ ਬਾਤ 'ਚ ਮੈਂ ਮੁੱਟੇ ਅਨਾਜ ਤੇ ਬਰੇ 2023 ਕੀ ਇੰਟਰਨੈਸ਼ਨਲ ਮਿਲਟ ਇਅਰ ਦੇ ਤੌਰ 'ਤੇ ਮਨਾਉਣੇ ਕਰਨੇ ਜੁੜੀ ਦੀ ਚਰਚਾ ਕੀਤੀ ਹੀ ਇਸ ਵਿਸ਼ੇ ਦੇ ਲਈ ਹੈ ਲੋਕਾਂ 'ਚ ਬੜੀ ਉਤਸੁਕਤਾ ਹੈ ਮੇਰੇ ਅਸੀ ਕਈ ਸਾਰੀਆਂ ਚਿੱਠੀਆਂ ਮਿਲੀਆਂ ਨੇ ਜਿੰਦੇ 'ਚ ਲੋਕ ਦੱਸਿਆ ਕਰਦੇ ਨੇ ਜੇ ਉਹਨੇ ਕਿੰਨੀਆਂ ਮਿਲਟਸ ਕੀ ਆਪਣੀ ਰੋਜ਼ਮਰਜ਼ੀ ਦੀ ਖੁਰਾਕ ਦਾ ਹਿੱਸਾ ਬਣਾਇਆ ਹੈ ਕਿਛ ਲੋਕਾਂ ਨੇ ਮਿਲਟਸ ਕਰਨੇ ਬਣਨ ਵਾਲੇ ਪਰੰਪਰਿਕ ਵੈਂਜਨੇ ਦੇ ਬਾਰੇ 'ਚ ਵੀ ਦੱਸਿਆ ਹੈ ਇਹ ਇੱਕ ਵੱਡੇ ਬਦਲਾਅ ਦੀ ਸਾਰਤਨਾ ਲੋਕਾਂ ਦੇ ਇਸ ਉਤਸ਼ਾਹ ਦੀ ਦਿੱਖ ਹੈ ਮੇਂ ਲੱਗਦਾ ਹੈ ਜੇ ਅਸੀਂ ਕੀ ਮਿਲੀ ਹੈ ਇੱਕ ਈ ਕਿਤਾਬ ਤਿਆਰ ਕਰਨੀ ਚਾਹੀਦੀ ਜਿਹਦੇ ਚ ਲੋਕ ਮਿਲਟਸ ਕਰਨਾ ਬਣਿਆਲੇ ਵਿੰਜਨੇ ਤੇ ਆਪਣੇ ਤਜਰਬੇ ਦੀ ਸਾਂਝਾ ਕਰ ਸਕਣ ਇਹਦੇ ਕੰਨਾ ਇੰਟਰਨੈਸ਼ਨਲ ਮਿਲਟ ਈਅਰ ਸ਼ੁਰੂ ਹੋਣੇ ਤੋਂ ਪਹਿਲਾਂ ਸਾਡੇ ਕੋਲ ਮਿਲਟਸ ਦੀ ਲਈ ਹੈ ਇੱਕ ਪਬਲਿਕ ਐਂਸਾਈਕਲੋਪੀਡੀਆ ਵੀ ਤਿਆਰ ਹੋਗ ਤੇ ਫਿਰ ਇਸੇ ਮਾਈਕ ਗੋਵ ਪੋਟਲ ਉਪਰ ਪ੍ਰਕਾਸ਼ਿਤ ਕਰੀ ਸਕਨੇ ਆ ਸਾਥੀਓ ਮਨ ਕੀ ਬਾਤ ਹੈ ਇਸ ਬਾਰੇ ਇੰਨਾ ਗਾਏ ਪਰ ਚਲਦੇ-ਚਲਦੇ ਮੈਂ ਤੁਸੇਂ ਕੀ ਰਾਸ਼ਟਰੀ ਖੇਡ ਦੇ ਬਾਰੇ ਚ ਵੀ ਦੱਸਣਾ ਚਾਹਾਂ। 29 ਸਤੰਬਰ თਮਾ ਗੁਜਰਾਤ ਚ ਰਾਸ਼ਟਰੀ ਖੇਡ ਦਾ ਆਯੋਜਨ ਹੋ ਕਰਤਾ ਹੈ। ਇਹ ਬੜਾ ਦਾ ਖਾਸ ਮੌਕਾ ਹੈ। ਕੀਜੀਏ ਰਾਸ਼ਟਰੀ ਖੇਡ ਦਾ ਆਯੋਜਨ ਕਈ ਬਰੇ ਪ੍ਰਾਂਤੂ ਕਰਤਾ ਹੈ। ਕੋਵਿਡ ਮਹਾਮਾਰੀ ਦੀ ਵਜ੍ਹਾ ਕਰੀ ਪਿਛਲੀ ਵਾਰੀ ਦੇ ਆਯੋਜਨ ਕੀ ਰੱਦ ਕਰਨਾ ਪਿਆ ਹਾ। ਇਸ ਖੇਡ ਪ੍ਰਤੀਯੋਗਤਾ ਚ ਇਸ ਸਾਲ ਆਉਣ ਵਾਲੇ ਹਰ ਖਿਡਾਰੀ ਕੀ ਮੇਰੀ ਮਤੀਆਂ ਮਤੀਆਂ ਸ਼ੁਭ ਕਾਮਨਾ। ਇਸ ਦਿਨ ਖਿਡਾਰੀਆਂ ਦਾ ਉਤਸ਼ਾਹ ਵਧਾਣਿਆ ਹਿਸਤਾ ਮੈਂ ਉਹਦੇ ਵਿੱਚ ਰਹੂਗਾ ਤੂੰ ਸਵੇ ਵੀ ਰਾਸ਼ਟਰੀ ਖੇਡਾਂ ਦੀ ਪੱਕਾ ਫਾਲੋ ਕਰੋ ਤੇ ਆਪਣੇ ਖਿਡਾਰੀਆਂ ਦਾ ਹੌਸਲਾ ਵਧਾਓ ਹੁਣ ਮੈਂ ਅੱਜ ਲਈ ਵਿਦਾ ਲੈਣਾ ਅਗਲੇ ਮਹੀਨੇ ਮਨ ਕੀ ਬਾਤ 'ਚ ਨਵੇਂ ਵਿਸ਼ੇ ਕਰਨੇ ਤੁੰਦੇ ਕਰਨੇ ਫਿਰ ਮੁਲਾਕਾਤ ਹੋਵੇ ਧੰਨਵਾਦ ਨਮਸਕਾਰ